ਅਤੇ ਪੰਜਾਬੀ ਯੂਨੀਵਰਸਿਟੀ ਨੇ ਤਿਆਰ ਕੀਤੀ ਹੈ। ਗੁਰੂ ਨਾਨਕ ਦੇਵ ਜੀ ਦੀ ਸਮੁੱਚੀ ਬਾਣੀ ਨੂੰ ਇਕੱਤਰ ਕਰਕੇ ਉਸ ਦੀ ਵਿਆਖਿਆ ਇਸ ਪੁਸਤਕ ਵਿੱਚ ਕੀਤੀ ਗਈ ਹੈ। ਪੁਸਤਕ ਜੋ ਸੱਭਿਆਚਾਰਕ ਮਾਮਲੇ ਵਿਭਾਗ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ ਹੈ। ਸੁਰਜੀਤ ਪਾਤਰ ਜੀ ਦੀ ਪੁਸਤਕ ਸਿਉਨੇ ਕੇ ਵਿਰਕ, ਉਹਨਾਂ ਦੇ ਨਾਲ ਟੂਰਿਜ਼ਮ ਮਿਨਿਸਟਰ ਚਰਨਜੀਤ ਸਿੰਘ ਚੰਨੀ ਜੀ, ਸੈਕਟਰੀ ਸ੍ਰੀ ਵਿਕਾਸ ਪ੍ਰਤਾਪ ਜੀ ਅਤੇ ਡਾਇਰੈਕਟਰ ਮਾਲਵਿੰਦਰ ਸਿੰਘ ਜੱਗੀ ਜੀ। ਅਗਲੀ ਜੋ ਪੁਸਤਕ ਰਿਲੀਜ਼ ਕੀਤੀ ਜਾ ਰਹੀ ਹੈ, ਗੁਰੂ ਨਾਨਕ ਬਾਣੀ ਪਾਠ ਅਤੇ ਵਿਆਖਿਆ। ਚਲੋ ਪਿੱਛੇ।